ਬਹੁਤ ਹੀ ਦੁਖਦਾਈ
ਭਾਣੇ ਵਿੱਚ ਬੈਠੇ ਹਾਂ ਪਰ ਕਿਸੇ ਦਾ ਚਾਰਾ ਨਹੀਂ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਭੈਣ ਭਰਾ ਰਿਸ਼ਤੇਦਾਰ ਇਲਾਕੇ ਦੇ ਸਭ ਦੂਰਦਾਰ ਅਰਜਨ ਸਿੰਘ ਜੀ ਸਾਨੂੰ ਸਦਾ ਵੀ ਮਿਲਣਾ ਉਹਨਾਂ ਦੇ ਅੰਤਮ ਅਰਦਾਸ ਨੂੰ ਸਾਹਮਣਾ ਕਰੋ। ਅੱਜ ਆਪਾਂ ਸਾਡੇ ਬਹੁਤ ਹੀ ਪਿਆਰੇ ਵੀਰ ਭਗਤ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਬਾਣੀ ਸੇ ਕਰਦੀ ਹੈ ਮਰਨਾ ਸਪਨਾ ਆਇਆ ਵਿਛੋੜਾ ਸਪਨਾ ਕਿ ਤੂੰ ਕੀ ਕਰਨਾ ਜਦ ਦੇ ਉੱਤੇ ਹੁੰਦੀਆਂ ਆਈਆਂ ਨੇ ਤੇ ਹੁੰਦੀਆਂ ਇੱਕ ਗੁਰ ਨੇ ਆਪਣਾ ਇੱਕ ਰਸੂਲ ਬਣਾਇਆ ਹੋਇਆ ਜੰਮਣ ਤੇ ਮਰਨ ਦਾ ਜਿਸ ਨੂੰ ਅੱਜ ਤੱਕ ਸੰਤ ਮਹਾਤਮਾ ਰਿਸ਼ੀਆਂ ਮੁਨੀਆਂ ਨੇ ਵੀ ਕਦੀ ਵੀ ਇਨਕਾਰ ਕੀਤਾ ਹੈ। ਜਦੋਂ ਮੈਂ ਖਾਲਸਾ ਕਾਲਜ ਵਿੱਚ ਦਾਖਲ ਹੋਇਆ ਸੀ ਮੈਂ ਦੇਸ਼ ਭਗਤ ਪਰਿਵਾਰ 'ਚ ਕਰਮ ਸ਼ੇਰ ਸਿੰਘ ਏਕਾ ਮੇਰੇ ਪਿਤਾ ਜੀ ਸੀ ਉਸ ਵੇਲੇ ਤੋਂ ਇਹ ਸੁਣਦੇ ਸਾਂ ਰਵੀਰ ਢਿੱਲੋਂ ਜੀ ਬੈਠੇ ਨੇ ਜੌਨ ਸਾਹਿਬ ਕਿ ਟੀਚਰ ਯੂਨੀਅਨ ਇੱਕ ਇਹੋ ਜਿਹਾ ਇੱਕ ਅਦਾਰਾ ਹੈ ਜਿਹੜੇ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹੈ ਅਤੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਜਦੋਂ ਲੋੜ ਪੈਂਦੀ ਆ ਉਹਨਾਂ ਦੀ ਵੀ ਮਦਦ ਹੁੰਦੀ ਹੈ। ਇਕੱਲੇ ਆਏ ਨਾਨਕਾ ਦੇ ਸੱਦੇ ਉੱਠ ਅਨੁਸਾਰ ਸਰਦਾਰ ਭਜਨ ਸਿੰਘ ਦੀ ਜੌਲ ਇਸ ਫਾਨੀ ਸੰਸਾਰ ਨੂੰ ਵੱਲ ਜਿਹੜਾ ਕਰਕੇ ਇਸ ਜਹਾਨ ਤੋਂ ਕੂਚ ਕਰ ਗਏ। ਇੱਕ ਸ਼ਾਇਰ ਨੇ ਲਿਖਿਆ ਜ਼ਮੀਨ ਕਾਗਜ਼ ਕੀ ਬਣ ਜਾਏ ਸਮੁੰਦਰ ਆਸ਼ਨਾਈ ਦਾ ਕਿੱਸਾ ਤਾਂ ਹੀ ਨਾ ਵਿਆਹ ਹੋਗਾ ਕਿਹੜੀ ਜੁਦਾਈ ਦਾ। ਮਾਸਟਰ ਹਰਭਜਨ ਸਿੰਘ ਜੌਲ ਦੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਸਾਥੀਓ ਦੋਸਤੋ ਮਿੱਤਰੋ ਮਾਸਟਰ ਜੀ ਇੱਕ ਬਹੁਤ ਹੀ ਚੰਗੀ ਵਿਚਾਰਧਾਰਾ ਲੈ ਕੇ ਲੜ ਰਹੇ ਸੀ ਲੋਕਾਂ ਨੂੰ ਜਾਗਰਤ ਕਰ ਰਹੇ ਸੀ। ਹਰਭਜਨ ਸਿੰਘ ਜੌਲ ਇੱਕ ਬਹੁਪੱਖੀ ਸ਼ਖਸੀਅਤ ਸੀ ਕੇਵਲ ਇੱਕ ਪਾਸਾ ਵੇਖੋ ਤੇ ਉਹ ਟੀਚਰ ਆ ਦੂਸਰਾ ਪਾਸਾ ਵੇਖੋ ਉਹ ਸਮਾਜ ਸੇਵੀ ਆ ਜੇ ਤੀਸਰਾ ਪਾਸਾ ਵੇਖੋ ਤਾਂ ਬਹੁਤ ਵਧੀਆ ਕਿਸਾਨ ਆ। ਬਹੁਤ ਮੁਸ਼ਕਲ ਆ ਉਹਦੀ ਸਾਰੀ ਜਿਹੜੀ ਪਰਸਨੈਲਿਟੀ ਆ ਉਹਨੂੰ ਇੱਕ ਅਤੇ ਦੋ ਚਾਰ ਪਲਸਤਾਂ ਦੇ ਵਿੱਚ ਰੰਗਲੇ ਜਾਏ ਸੁੱਤੇ ਜੀ ਸਤਿਕਾਰਯੋਗ ਸਤਸੰਗ ਜੀ ਆਪਾਂ ਸਾਰੇ ਸਮਾਜ ਦੇ ਵਿੱਚ ਵਿਚਰਦੇ ਹਾਂ ਇਹੋ ਜਿਹੇ ਇਨਸਾਨ ਜਿਹੜੇ ਨੇ ਜਿਹੜੇ ਹਰ ਇੱਕ ਦੇ ਦੁੱਖ ਸੁੱਖ ਭਾਈ ਵਾਲ ਬਣਨ ਇਹ ਵਿਰਲੇ ਰਹਿ। ਮੈਂ ਆਪਣੇ ਵੱਲੋਂ ਕਾਂਗਰਸ ਪ੍ਰਧਾਨ ਸੁਨੀਲ ਜੱਖ ਜੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਜੌਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਆਜੋ ਆਜੋ ਨਾਲ ਨੂੰ ਆਜੋ
Thank you.
ਤੇ ਜਿਹੜਾ ਦੇਖ ਸੀ ਗੈਰ ਸੀ ਉਹ ਦੇਵਤਿਆਂ ਦੇ ਹਿੱਸੇ ਆ ਗਏ ਤੇ ਸਾਧ ਸੰਗਤ ਜੀ ਜਦੋਂ ਇਹਨਾਂ ਦੇਵਤਿਆਂ ਬਾਰੇ ਵਿਚਾਰ ਕੀਤੀ ਹੈ ਕਹਿਣ ਲੱਗੇ ਰਾਜਸੀ ਦੇ ਅੱਗੇ ਬਕਾਇਆ ਨਹੀਂ ਮੁੱਕਦੇ ਤੇ ਜੇ ਇਹਨਾਂ ਨੇ ਅੰਮ੍ਰਿਤ ਪੀ ਲਿਆ ਤੇ ਅਮਰ ਹੋ ਜਾਣੇ ਆ ਫਿਰ ਕਿੱਦਾਂ ਮੁਕਾਲਾ ਜੀ ਕਹਿਣ ਲੱਗੇ ਜਿਉਂਦ ਦੇ ਨਾਲ ਇਹਨਾਂ ਦੇ ਕੋਲੋਂ ਇਹ ਭਾਂਡਾ ਵਟਾ ਲਈਏ ਅਸੀਂ ਜਦੋਂ ਰਾਕਸ਼ਾਂ ਨੂੰ ਕਹਿਣ ਲੱਗੇ ਸਾਡੇ ਨਾਲ ਭਾਂਡਾ ਵਟਾ ਲਓ ਕਹਿਣ ਲੱਗੇ ਸਾਡਾ ਭਾਂਡਾ ਜਿਹੜਾ ਇਹ ਖਾਲੀ ਕਰਕੇ ਦਿਓ ਤੇ ਸਾਹਮਣੇ ਹੁਣ ਫਿੱਟ ਹੋ ਗਏ ਕੌਣ ਮੂੰਹ ਕਰਦਾ ਤੇ ਜਦੋਂ ਸਾਰੇ ਦੇਵੀ ਦੇਵਤੇ ਜਿਹੜੇ ਆ ਕੋਈ ਪਿਆਰ ਨਹੀਂ ਕਰਦਾ ਤੇ ਸ਼ਿਵਜੀ ਪ੍ਰਵਾਦ ਕਰਨ ਲੱਗੇ ਕਹਿੰਦੇ ਨਾ ਸ਼ਕਦਾ ਫਿਰਦੇ ਤੇ ਸਾਧ ਸੰਗਤ ਜੀ ਉਹ ਗਲੇ ਦੇ ਵਿੱਚ ਰੱਖ ਕੇ ਸਾਰੀ ਉਹ ਜਹਿਰ ਜਿਹੜੀ ਆ ਉਸਨੇ ਪੀਤੀ ਹੈ ਤੇ ਅੰਮ੍ਰਿਤ ਦੀ ਦਾਤ ਜਿਹੜੀ ਆ ਦੇਵਤਿਆਂ ਨੂੰ ਮਿਲੀ ਹੈ ਅੱਜ ਉਸੇ ਅੰਮ੍ਰਿਤ ਦੀ ਬਦੌਲਤ ਅਸੀਂ ਪਗੜੀਆਂ ਲਾਏ ਕਿ ਦਸਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਟਾਲਾਂ ਦੇ ਵਿੱਚ ਸੱਜੇ ਹੋਏ ਦੀਵਾਨਾਂ 'ਚ ਬੈਠਦੇ ਜੇ ਕਿਤੇ ਕਦੀ ਘਰ ਦੀ ਕੁਰਬਾਨੀ ਨਾ ਹੁੰਦੀ ਅੰਮ੍ਰਿਤ ਦੀ ਦਾਤ ਸਾਨੂੰ ਨਾ ਮਿਲਦੀ ਤੇ ਅੱਜ ਸਾਨੂੰ ਇਹ ਸਿਰ ਦੀ ਜਿਹੜੀ ਦਸਤਾਰ ਹੈ ਨਾ ਸਾਫ ਕਸੂਰ ਦਸਤਾਰ ਸਿਰਾ ਲੱਗਾ ਨਹੀਂ ਸੀ ਇਸ ਗੁਰੂ ਦੀ ਕਿਰਪਾ ਜਿਨ੍ਹਾਂ ਨੇ ਸਭ ਕੁਰਬਾਨੀਆਂ ਦੇ ਕੇ ਚਾਰੇ ਸਾਹਿਬਜ਼ਾਦੇ ਆਪਾਂ ਮਾਪੇ ਸਭ ਕੁਰਬਾਨੀਆਂ ਦੇ ਕੇ ਸਾਨੂੰ ਅਸੀਂ ਆਪਣੇ ਇਸ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜਿਹੜੀ ਕਰਦੇ ਹਾਂ ਤੇ ਜਦੋਂ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਬਿਰਤੀ ਕਦੇ ਨਾ ਹੋ ਗਈ ਜਾਣ ਕੀ ਅਰਦਾਸ ਨਾਲ ਕਜੋਰ ਗੋਬਿੰਦ ਕਾ ਪੂਰਨ ਗੁਰਦਾਸ ਹੁਣੇ ਹੀ ਭੋਗ ਦੇ ਆਪ ਜੀ ਨੇ ਗ੍ਰੰਥੀ ਸਿੰਘਾਂ ਦੇ ਕੋਲੋਂ ਗੌਰੇ ਪਾਤਸ਼ਾਹ ਦੇ ਸਲੋਕਾਂ ਵਿੱਚ ਵੀ ਸਰਵਣ ਧਵਾ ਲਿਆ ਰਿਹਾ ਸਦਾ ਸੱਚ ਸੁਮਨ I'm just saying.
करत है सब कोई
आनंद मया मेरी माए सतगुरु मैं पाया।
ਜੇ ਨਿਵਾਣਿਆਂ ਦੇ ਮਾਨ ਸਤਿਗੁਰ ਜੀਓ, ਜੇ ਤਾਣਿਆਂ ਦੇ ਤਾਣ ਸਤਿਗੁਰ ਜੀਓ, ਨਿਉਤਿਆਂ ਦੀ ਓਰ ਸਤਿਗੁਰ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ, ਐਸੜੇ ਆਦਿ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ, ਬੇਨਤੀ ਹੈ ਦਾਤਾਰ ਪਾਤਸ਼ਾਹ ਜੀਓ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਪ ਜੀ ਨੇ ਖੁੱਲ੍ਹੇ ਪੰਡਾਲਾਂ ਵਿੱਚ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਨਿਹਾਲ ਕੀਤਾ। ਦਾਤਾਰ ਪਾਤਸ਼ਾਹ ਜੀ ਐਸੜੇ ਆਦਿ ਦੇ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ, ਬੇਨਤੀ ਹੈ। ਆਪ ਜੀ ਦਾ ਫਰਮਾਨ ਹੈ, ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਪੰਜੇ ਧੀਰ ਦੇ ਮਹਾਵਾਕਾਂ ਅਨੁਸਾਰ। ਆਪ ਜੀ ਦੇ ਦਰ ਕਰਦੇ ਸਿਰਕ ਸਰਦਾਰ ਭਾਈ ਹਰਭਜਨ ਸਿੰਘ ਜੀ ਆਪ ਜੀ ਦੇ ਭੇਜੇ ਹੋਏ ਰਸਤੇ ਰਾਹੀਂ ਮਾਤ ਲੋਕ ਵਿੱਚ ਆਏ ਹਨ। ਆਪ ਜੀ ਦੇ ਸਦਗੇ ਅਨੁਸਾਰ ਆਪ ਜੀ ਦੇ ਬਖਸ਼ੇ ਹੋਏ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਆਪ ਜੀ ਦੇ ਚਰਨਾਂ ਵਿੱਚ ਆਪ ਰਾਜਮੰਦ ਦਾਰ ਪਾਤਸ਼ਾਹ ਜੀਓ ਕਿਸੇ ਸੇਵਕਾਂ ਨੇ ਗੁਰਮਰਿਆਦਾ ਅਨੁਸਾਰ ਘੁਰਜੀ ਬਾਣੀ ਦੇ ਖੰਡ ਪਾਠ ਦੇ ਭੋਗ ਆਪਣੇ ਗ੍ਰਹਿ ਬਾਣੀ ਦੇ ਕੀਰਤਨ ਹੋਏ। ਦਾਤਾਰ ਪਾਤਸ਼ਾਹ ਜੀਓ ਰਾਗੀ ਸਿੰਘਾਂ ਕੋਲੋਂ ਕੀਰਤਨ ਕਰਦਿਆਂ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ, ਅੱਗੇ ਤੋਂ ਸਮਰਥ ਪੁੱਛਣੀ। ਦਾਤਾਰ ਪਾਤਸ਼ਾਹ ਜੀਓ ਕੀਤੇ ਹੋਏ ਕੀਰਤਨ ਦਾ ਭਾਵ ਉਸ ਵਿਛੜੀ ਹੋਈ ਰੂਹ ਨੂੰ ਬਖਸ਼ਣਾ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਆਵਾਗੋਣ ਤੋਂ ਬਚਾਉਣਾ, ਢਿੱਡੀਆਂ ਗੱਡੀਆਂ ਜੂਲਾਂ ਤੋਂ ਬਚਾਉਣਾ। ਦਾਤਾਰ ਪਾਤਸ਼ਾਹ ਜੀਓ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨੀ, ਕਦਮ ਕਦਮ ਲੈ ਕੇ ਲਾਉਣੇ, ਦਰ ਭੇਟਾਵਾਂ ਪ੍ਰਵਾਨ ਕਰਨੀਆਂ, ਗੁਰਸਿੱਖੀ ਜੀਵਨ ਬਖਸ਼ਣਾ। ਦਾਤਾਰ ਪਾਤਸ਼ਾਹ ਜੀਓ ਦੀਵਾਨਾਂ ਨੂੰ ਮੁੱਖ ਰੱਖਦੇ ਹੋਈਆਂ ਪੰਜੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਹੋਈਆਂ ਹੈ, ਦੇਗਾਂ ਸਜਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਜੇ ਅੱਗੇ ਤੋਂ ਸਮਰਥ ਪੁੱਛਣੀ। ਪ੍ਰਸ਼ਾਦ ਇਸ ਵੇਲੇ ਆਪ ਜੀ ਦੇ ਦਰ 'ਤੇ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਪੁੱਛਣੀ। ਦਾਤਾਰ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣਾ। ਇਸ ਵੇਲੇ ਆਪ ਜੀ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਨਿਹਾਲ ਕਰੋ, ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ, ਸੁੱਖ ਹੋਵੇ। ਆਪ ਜੀ ਦਾ ਹੀ ਪਵਿੱਤਰ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੇ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਸਵਾਰ ਹੋਏ ਸਭ ਮੇਰੇ ਦੇਵ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਦਾ ਛੋਟੇ ਕਾਲ ਰਹੇ।
भजन राम को सहे फिरत फिरत लौटे जुग हारे मानस दे लहे नानक गहत मिलन के बरिया सरदार भाई हरभजन सिंह जी जो कि इस इलाके की शान हन बहुत मानता मिलया से उन्होंने ते दास के सत्कार जो बताया जी हन कि पिछले दिनी मेरे पातशाह का हुक्म है जो उपजो सो बिनस है पर आज के काल के महावाक्यां अनुसार इस संसार के साडे विच विचर रहे हैं पर अकाल पुरख के सदे अनुसार बख्शी हुई उस अकाल पुरख की बख्शी हुई सुवासा पूंजी लैके इस पंज भूत शरीर को त्याग के परमात्मा के चरणों में आप राजी ते पिछे परिवार वालों उन्हां दी आत्म कल्याणता वास्ते साडे गुरु साहब की चलाई गुरमर्यादा अनुसार अपने गृह विखे धुरकी बाणी के श्री अखंड पाठ साहब जी कराए गए भोगों की सम्राटी तो उपरंत धन बाबा सरदार सिंह जी महापुरश जी के पवित्र स्थान से धुरकी बाणी के कीर्तन होए क्योंकि पातशाह जी फरमाते हैं कल युग मह कीर्तन प्रधाना गुरमुख जपिए लाए ध्याना क्योंकि मेरे पातशाह धन धन गुरु अमरदास पातशाह जी फरमाते हैं कि मृतक दे भोग तो बाद कीर्तन जरूरी आ क्योंकि कीर्तन के नाल इस कीर्तन दिया सुरा के नाल इस मिठे कीर्तन के नाल इस मृतक की रूह की कल्याणता होंगी आ ते पातशाह जी कहते हैं मैं पिछे कीर्तन करे हो निर्वाण जीओ केसो गोपाल पंडित सद्यो हर हर पथ कथा परे पुराण जीओ क्योंकि मेरे पातशाह जी का हुक्म है कि जिहड़ा संसार के विच आया उस प्राणी ने संसार के विच जाना वा क्योंकि बाबा फरीद साहब जी की बाणी से थोड़ी विचार करांगे दास नूं 10 मिनट का समा प्राप्त होया वा क्योंकि बाबा फरीद जी फरमाते ने कि जिस दिन इस जीव संसार के उत्ते आउंदा वा उस दिन उसकी मौत का समा जिहड़ा मिथिया जाता वा कहते बाबा फरीद जी फरमाते ने फरीदा जित दिहाड़े धन वरी साहे लै लिखाई कहते ने जिस दिन ये जीव स्त्री संसार के उत्ते आई तो बाबा फरीद जी कहते ने इसका जिहड़ा साहा मिथिया जाता वा क्योंकि मौत का साहा जिहड़ा वो अकाल पुरख मिथदा वा दुनियावी साहे असीं मिथदे आ कोई विआह काजी शादी होंदी आ काज हुंदा असीं कहिंदे साहा मिथ लो पर जिहड़ा मौत दा साहा वा उह परमेशर मिथदा वा ते बाबा फरीद जी कहिंदे जिस दिन इस जीव ने माता दे गर्भ दे विच प्रवेश कीता सी ना उस दिन इसदी मौत दा समा जिहड़ा सी मिथिया गया कहिंदे साहे लै लिखाए कहिंदे सवासां नूं त्यागण दा समा सी जिहड़ा इह जीव लिखा के आया ते बाबा फरीद जी फरमाते ने मलक जे कन्नी सुनी दा मलका क्या जाता मौत दे फरिश्ते नूं जिहड़ा सानू अपने नाल लैके जांदा बहुत बली आ कहिंदे राजा प्रजा सम कर मारे ऐसो काल विडानीए
ਕਹਿੰਦੇ ਕਾਲ ਐਡਾ ਬਲੀ ਆ ਜਿਹੜਾ ਰਾਜਾ ਤੇ ਪ੍ਰਜਾ ਕਿਸੇ ਦੇ ਵਿੱਚ ਫਰਕ ਨਹੀਂ ਸਮਝਦਾ। ਇਹਨੇ ਜੇ ਉਹ ਰਾਜੇ ਨੂੰ ਮਾਰਦਾ ਤੇ ਪ੍ਰਜਾ ਨੂੰ ਛੱਡ ਦਿੰਦਾ ਵਾ, ਪ੍ਰਜਾ ਨੂੰ ਮਾਰਦਾ ਤੇ ਰਾਜੇ ਨੂੰ ਛੱਡ ਦਿੰਦਾ ਵਾ। ਭਗਤ ਜੀ ਕਹਿੰਦੇ ਐਡਾ ਵੱਡਾ ਕਾਲ ਵਾ ਕਿ ਉਹ ਰਾਜੇ ਤੇ ਪ੍ਰਜਾ ਨੂੰ ਇੱਕ ਸਮਾਨ ਮਾਰਦਾ ਵਾ, ਐਡਾ ਵੱਡਾ ਕਾਲ ਵਾ। ਤੇ ਬਾਬਾ ਫਰੀਦ ਜੀ ਕਹਿੰਦੇ ਮਲਕ ਨੂੰ ਅਸੀਂ ਕੰਨਾਂ ਦੇ ਨਾਲ ਸੁਣਦੇ ਸਾਂ, ਅਸੀਂ ਸੁਣਦੇ ਹਾਂ ਨਾ ਕਿ ਫਲਾਨੇ ਦੀ ਮੌਤ ਆ ਗਈ, ਫਲਾਨੇ ਨੂੰ ਜਮਦੂਤ ਲੈ ਗਏ। ਤੇ ਬਾਬਾ ਫਰੀਦ ਜੀ ਕਹਿੰਦੇ ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਕਹਿੰਦੇ ਇੱਕ ਦਿਨ ਪ੍ਰਾਣੀ ਨੂੰ ਆਪਣਾ ਮੂੰਹ ਦਿਖਾਉਂਦਾ, ਕਹਿੰਦੇ ਇੱਕ ਦਿਨ ਪ੍ਰਾਣੀ ਨੂੰ ਮੂੰਹ ਦਿਖਾਉਂਦਾ ਤੇ ਆਪਣੇ ਨਾਲ ਲੈ ਕੇ ਚਲਾ ਜਾਂਦਾ ਵਾ, ਕਿਉਂਕਿ ਸੰਸਾਰ ਦੇ ਵਿੱਚੋਂ ਇਹ ਜੀਵ ਸੰਸਾਰ ਤੋਂ ਕੂਚ ਕਰ ਦਿੰਦਾ। ਤੇ ਬਾਬਾ ਫਰੀਦ ਜੀ ਕਹਿੰਦੇ ਇੱਕ ਦਿਨ ਇਹ ਜੀਵ ਨੂੰ ਆਪਣਾ ਮੂੰਹ ਦਿਖਾਉਂਦਾ ਵਾ, ਕਿਉਂਕਿ ਇਸਨੇ ਜੀਵਨ ਵੜ ਕੇ ਆਪਣੇ ਨਾਲ ਲੈ ਜਾਣਾ ਵਾ। ਤੇ ਬਾਬਾ ਫਰੀਦ ਜੀ ਫਰਮਾਉਂਦੇ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਕਹਿੰਦੇ ਫਿਰ ਉਹ ਮਲਕ ਵਾ ਜਿਹੜਾ ਉਸ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢਦਾ ਵਾ, ਇਸਦੇ ਸਮੂਹ ਪ੍ਰਾਣੀ ਦੇ ਹੱਡਾਂ ਨੂੰ ਭੰਨ ਤੋੜ ਕੇ ਸਰੀਰ ਨੂੰ ਰੋਕੀ ਕਰਕੇ ਇਸ ਕਾਇਆ ਨੂੰ ਨਿਆਸਰੀ ਕਰਕੇ ਬਾਬਾ ਫਰੀਦ ਜੀ ਕਹਿੰਦੇ ਕਿ ਇਹ ਜਿੰਦ ਨੂੰ ਕੱਢ ਲੈਂਦਾ ਵਾ ਤੇ ਆਪਣੇ ਨਾਲ ਲੈ ਜਾਂਦਾ ਵਾ। ਤੇ ਅੱਗੇ ਬਾਬਾ ਜੀ ਫਰਮਾਉਂਦੇ ਨੇ ਕਹਿੰਦੇ ਸਾਹੇ ਲਿਖੇ ਨਾ ਚੱਲਣੇ, ਕਹਿੰਦੇ ਜਿੰਦੂ ਕੋ ਸਮਝਾਏ, ਕਹਿੰਦੇ ਤੂੰ ਆਪਣੀ ਇਸ ਜਿੰਦ ਨੂੰ ਸਮਝਾਉਣਾ ਕਰ ਪ੍ਰਾਣੀ ਕਿ ਜਿਹੜਾ ਸਾਹਾ ਤੇਰਾ ਅਕਾਲ ਪੁਰਖ ਨੇ ਲਿਖ ਦਿੱਤਾ ਈ ਉਸ ਤੋਂ ਅੱਗੇ ਇਹ ਦੋ ਮਿੰਟ ਵੀ ਕਿ ਇੱਕ ਪਲ ਵੀ ਜਿਹੜਾ ਅੱਖ ਝਬਕਣ ਜਿੰਨਾ ਸਮਾਂ ਵਾ ਇਹ ਲਿਖੇ ਹੋਏ ਸਾਹੇ ਤੋਂ ਅੱਗੇ ਨਹੀਂ ਜਾਣਾ, ਕਿਉਂਕਿ ਜਿਹੜਾ ਸਾਹਾ ਬਾਬਾ ਫਰੀਦ ਜੀ ਕਹਿੰਦੇ ਪਰਮਾਤਮਾ ਨੇ ਲਿਖ ਦਿੱਤਾ, ਤੂੰ ਆਪਣੀ ਇਸ ਜਿੰਦ ਨੂੰ ਸਮਝਾਉਣਾ ਕਰ ਕਿ ਉਸ ਸਾਹੇ ਤੋਂ ਅੱਗੇ ਤੇਰਾ ਇੱਕ ਪਲ ਵੀ ਸਵਾਸ ਨਹੀਂ ਚੱਲਣੀ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਇਸ ਜਿੰਦ ਨੂੰ ਇਹ ਸਮਝਾ ਦੇ ਕਿ ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਵਿੱਚ ਲੀਨ ਹੋ ਜਾ, ਕਿਉਂਕਿ ਤੂੰ ਸੰਸਾਰ ਦੇ ਵਿੱਚ ਆਇਆ ਹੋਇਆ। ਮੇਰੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜਾਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਹਿੰਦੇ ਦੁਨੀਆ ਦੀ ਰਚਨਾ ਜਿਹੜੀ ਝੂਠਵੰਤ ਵਾ, ਕਿਉਂਕਿ ਸੰਸਾਰ ਜਿਹੜਾ ਇਹ ਨਾਸਵੰਤ ਵਾ। ਤੇ ਪਾਤਸ਼ਾਹ ਜੀ ਕਹਿੰਦੇ ਕਹਿ ਨਾਨਕ ਫਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਕਹਿੰਦੇ ਸੰਸਾਰ ਦੇ ਵਿੱਚ ਕਿਸੇ ਨੇ ਸਦਾ ਨਹੀਂ ਰਹਿਣਾ। ਜੇ ਅਸੀਂ ਰੇਤਾ ਦੀ ਕੰਧ ਕਰ ਦਈਏ, ਨਿਰਾ ਰੇਤਾ ਲਾ ਕੇ ਕੰਧ ਕਰ ਦਈਏ ਤੇ ਉਹਦੀ ਕੋਈ ਮਰਿਆਦ ਨਹੀਂ ਹੁੰਦੀ, ਕਿਉਂਕਿ ਬਾਲੂ ਦੀ ਭੀਤ ਵਾ ਜਿਹੜੀ ਰੇਤਾ ਦੀ ਕੰਧ ਦੀ ਕੋਈ ਮਰਿਆਦ ਨਹੀਂ ਆ। ਇਸ ਤਰ੍ਹਾਂ ਪ੍ਰਾਣੀ ਦੀ ਵੀ ਕੋਈ ਮਰਿਆਦ ਨਹੀਂ ਆ, ਕਿਉਂਕਿ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਉਂ ਮੱਛੀ ਦਿਓ ਮਾਨਸਾ ਪਵੇ ਅਚਿੰਤਾ ਜਾਲ। ਕਹਿੰਦੇ ਜਿਸ ਤਰ੍ਹਾਂ ਮੱਛੀ ਆ ਨਾ, ਮਨੁੱਖ ਦਾ ਵੀ ਉਹੀ ਹਾਲ ਵਾ। ਮੱਛੀ ਨੂੰ ਪਤਾ ਨਹੀਂ ਹੁੰਦਾ ਪਾਣੀ ਦੇ ਵਿੱਚ ਹੁੰਦੀ ਆ, ਪਰ ਉਸਨੂੰ ਇਹ ਪਤਾ ਨਹੀਂ ਕਿ ਕਦੋਂ ਉਸਦੇ ਉੱਤੇ ਸ਼ਿਕਾਰੀ ਦਾ ਜਾਲ ਪੈ ਜਾਣਾ। ਇਹੋ ਹਾਲ ਪ੍ਰਾਣੀ ਦਾ ਵਾ, ਮਨੁੱਖ ਦਾ ਵਾ, ਕਿਉਂਕਿ ਮਨੁੱਖ ਨੂੰ ਵੀ ਪਤਾ ਨਹੀਂ ਕਿ ਕਾਲ ਰੂਪੀ ਸ਼ਿਕਾਰੀ ਦਾ ਜਾਲ ਕਦੋਂ ਉਸਦੇ ਉੱਤੇ ਆਉਣ ਪੈਣਾ ਵਾ, ਅਤੇ ਉਸ ਜਾਲ ਤੋਂ ਕੋਈ ਬਚਾਉਣ ਵਾਲਾ ਨਹੀਂ ਆ। ਅਤੇ ਬਾਬਾ ਫਰੀਦ ਜੀ ਫਰਮਾਉਂਦੇ ਨੇ ਜਿੰਦ ਮੁਕਤੀ ਮਰਨ ਵਰ ਲੈ ਜਾਸੀ ਪ੍ਰਣਾਏ। ਕਹਿੰਦੇ ਇਹ ਜਿੰਦ ਵਾ ਜਿਹੜੀ ਇੱਕ ਵਹੁਟੀ ਆ, ਇਹਦਾ ਸਾਹਾ ਮਿਥਿਆ ਗਿਆ ਸੀ, ਇਸਦੀ ਜਿਹੜੀ ਵਿਆਹ ਸੀ ਨਾ, ਇਸਦਾ ਮੌਤ ਸੀ, ਉਸਦਾ ਸਾਹਾ ਮਿਥਿਆ ਗਿਆ ਸੀ। ਤੇ ਕਹਿੰਦੇ ਜਿਹੜਾ ਮਰਨ ਰੂਪੀ ਮੌਤ ਰੂਪੀ ਵਰ ਵਾ ਨਾ, ਉਹ ਆਪਣੇ ਨਾਲ ਇਸਨੂੰ ਪ੍ਰਣਾ ਕੇ ਵਿਆਹ ਕੇ ਲੈ ਜਾਂਦਾ ਵਾ, ਕਿਉਂਕਿ ਜਿਹੜਾ ਆਇਆ ਉਸਨੇ ਸੰਸਾਰ ਦੇ ਉੱਤੋਂ ਜਾਣਾ ਵਾ। ਤੇ ਬਾਬਾ ਫਰੀਦ ਜੀ ਫਰਮਾਉਂਦੇ ਨੇ ਫਿਰ ਆਪਣਾ ਹੱਥੀਂ ਜੋਲ ਕੇ ਕਹਿ ਗੱਲ ਲੱਗੇ ਭਾਈ। ਕਹਿੰਦੇ ਸਰੀਰ ਨੇ ਆਪਣੇ ਹੱਥੀਂ, ਕਾਇਆ ਨੇ ਆਪਣੇ ਹੱਥੀਂ, ਇਸ ਕੰਨਾਂ ਦੇ ਨਾਲ ਵੀ ਸੁਣਨ ਦੇ ਵਿੱਚ ਨਹੀਂ ਆਉਂਦਾ, ਕਹਿੰਦੇ ਐਡਾ ਫਰੀਦ ਵਾ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਸ੍ਰੀ ਪੌਂਦੇ ਖੜਾ ਨਾ ਆਪ ਮਹਾਏ। ਬਾਬਾ ਫਰੀਦ ਜੀ ਕਹਿੰਦੇ ਨੇ ਤੈਨੂੰ ਆਵਾਜ਼ਾਂ ਪੈ ਰਹੀਆਂ ਵਾ, ਤੇਰਾ ਸਮਾਂ ਨੇੜੇ ਆ ਰਿਹਾ, ਤੈਨੂੰ ਆਵਾਜ਼ਾਂ ਪੈ ਰਹੀਆਂ ਵਾ, ਤੇ ਆਪਣੇ ਸਵਾਸਾਂ ਦੀ ਲੁੱਟ ਕਸੁੱਟ ਨਾ ਹੋਣ ਦੇ, ਕਿਉਂਕਿ ਆਪਣੀ ਲੁੱਟ ਕਸੁੱਟ ਨਾ ਹੋਣ ਦੇ ਪਰਮਾਤਮਾ ਦਾ ਨਾਮ ਸਿਮਰ ਪਰਮਾਤਮਾ ਦੇ ਚਰਨਾਂ ਦੇ ਵਿੱਚ, ਕਿਉਂਕਿ ਇੱਕ ਹੀ ਸਲੋਕ ਦੀ ਕੇਵਲ ਜੀ ਕਹਿੰਦੇ ਨੇ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਕਹਿੰਦੇ ਸੰਸਾਰ ਦੇ ਵਿੱਚ ਮਨੁੱਖ ਆਇਆ ਇੱਕ ਸੋਹਣੀ ਜਿਹੀ ਆਸ ਲੈ ਕੇ ਆਇਆ, ਕਿਹੜੀ ਆਸ ਲੈ ਕੇ ਆਇਆ ਸੀ, ਕਿਉਂਕਿ ਪਰਮਾਤਮਾ ਦੀ ਜੋਤ ਵਾ ਸੀ। ਤੇ ਪਾਤਸ਼ਾਹ ਜੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਸੋਹਣੀ ਜਿਹੀ ਆਸ ਲੈ ਕੇ ਆਇਆ ਸੀ ਪਰਮਾਤਮਾ ਦਾ ਨਾਮ ਜਪਣ ਦੀ, ਪਰ ਉਹ ਆਸ ਪੂਰੀ ਨਹੀਂ ਹੋਈ।
ਬਾਬਾ ਫਰੀਦ ਜੀ ਕਹਿੰਦੇ ਨੇ ਆਏ ਉਹ ਬੰਦਾ ਦੁਨੀਆਂ ਵਿੱਚ ਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭਾਵੇਂ ਕਹਿੰਦੇ ਜਦੋਂ ਮੌਤ ਆ ਗਈ ਨਾ ਉਹਨੇ ਸਾਰੇ ਸਰੀਰ ਦੇ ਇੰਦਰੀਆਂ ਨੂੰ ਨਕਾਰਾ ਕਰ ਦਿੱਤਾ ਭਾਵੇਂ ਦਿੱਤਾ ਮੌਤ ਵਾਨਾ ਕਿਉਂਕਿ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਹਿੰਦੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਹਿੰਦੇ ਜਿਸ ਤਰ੍ਹਾਂ ਦੁਨੀਆਂ ਦੇ ਇਹ ਦਿਨ ਬਤੀਤ ਹੋ ਰਹੇ ਆ ਅਤੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆਇਆ ਉਸਨੇ ਸੰਸਾਰ ਦੇ ਉੱਤੋਂ ਜਾਣਾ ਵਾ ਅਤੇ ਪਿਆਰਿਓ ਚੱਲਣਾ ਅਸੀਂ ਵੀ ਹਾਂ ਕਿਸੇ ਨੇ ਅੱਜ ਚਲੇ ਜਾਣਾ ਅਤੇ ਕਿਸੇ ਨੇ ਕੱਲ੍ਹ ਚਲੇ ਜਾਣਾ ਵਾ ਪਰ ਪਰਮਾਤਮਾ ਦਾ ਸਿਮਰਨ ਕਰੋ ਅਤੇ ਇਸ ਸੰਸਾਰ ਦੇ ਵਿੱਚ ਸਾਡਾ ਆਉਣਾ ਲੜਕੇ ਦੇ ਮਾਮਾ ਜੀ ਉਹ ਆਪਣੀ ਜ਼ਿੰਮੇਵਾਰੀ ਸਰਦਾਰ ਗੌਰ ਸਾਹਿਬ ਦੀ ਉਹਨਾਂ ਨੇ ਜੱਤਿਆ ਜੋ ਕਹਿਣਗੇ ਵੀ ਕਾਕੇ ਨੇ ਸਾਰਾ ਬਲ ਵਾਜਾ ਸਾਹਮਣਾ ਬਾਬਾ ਜੀ ਰੂਪਾ ਸਾਹਿਬ ਦੇ ਕੇ ਸਨਮਾਨ ਕਰ ਰਹੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਨੇ ਸ਼ਰਧਾਂਜਲੀ ਸਮਾਰੋਹ ਆ ਉਹ ਸ਼ੁਰੂ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਬਹੁਤ ਹੀ ਵਧੀਆ ਸੱਜਣ ਅਤੇ ਬਹੁਤ ਹੀ ਵਧੀਆ ਸੋਸ਼ਲ ਵਰਕਰ ਬਹੁਤ ਹੀ ਵਧੀਆ ਕੰਮ ਆ ਜਿਹਦੀ ਹਾਲੀ ਸਮਾਜ ਨੂੰ ਬਹੁਤ ਲੋੜ ਸੀ ਸਾਰਿਆਂ ਨੂੰ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਬਹੁਤ ਲੋੜ ਸੀ ਉਹ ਸਾਨੂੰ ਬੇਵਕਤ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਅੱਜ ਜਿਹੜੀ ਆਪਾਂ ਅੰਤਿਮ ਅਰਦਾਸ ਕੀਤੀ ਆ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਂ ਇਹ ਸਮਝਦਾ ਜਿਹੜੇ ਇਹੋ ਜਿਹੇ ਮਨੁੱਖ ਜਿਹੜੇ ਲੋਕਾਂ ਵਾਸਤੇ ਵਿਚਰਨ ਜਿਹੜੇ ਜਨਤਾ ਦੀ ਬਿਹਤਰੀ ਲਈ ਕੰਮ ਕਰਨ ਉਹ ਜਦੋਂ ਚਲੇ ਜਾਂਦੇ ਆ ਤਾਂ ਪਰਮਾਤਮਾ ਆਪਣੇ ਚਰਨਾਂ ਜਾ ਕੇ ਉਹਨਾਂ ਨੂੰ ਥਾਂ ਦੇ ਦਿੰਦਾ ਮਾਸੂਮ ਜੀ ਭਗਤ ਸਿੰਘ ਦੇ ਚਲੇ ਜਾਣ ਦੇ ਬਹੁਤ ਹੀ ਦੁੱਖਦਾਈ ਭਾਣੇ ਵਿੱਚ ਬੈਠੇ ਆ ਪਰ ਕਿਸੇ ਦਾ ਚਾਰਾ ਨਹੀਂ ਚਾਹੁੰਦਾ ਬੁਲਾਰੇ ਬਹੁਤ ਜ਼ਿਆਦਾ ਨੇ ਮੈਂ ਹਰ ਕੋਈ ਕਦਮ ਮਿੱਤਰ ਜਿਹੜੇ ਆ ਉਹ ਆਪਣੇ ਮਨ ਦੇ ਬਦਲੇ ਜਿਹੜੇ ਆ ਗੌਰ ਸਾਹਿਬ ਬਾਰੇ ਚੇਤ ਕਰਨੇ ਚਾਹੁੰਦਾ ਪਰ ਸਮੇਂ ਦੀ ਘਾਟ ਕਰਕੇ ਉਹਨਾਂ ਨੂੰ ਸਮਾਂ ਨਹੀਂ ਦੇ ਸਕਦੇ ਮੈਂ ਆਪ ਆਪ ਬੋਲਦਾ ਉਹਨਾਂ ਨੂੰ ਮਾਫੀ ਚਾਹੁੰਦੇ ਹਾਂ ਹੁਣ ਸਰਦਾਰ ਭਗਵੰਤ ਸਿੰਘ ਜੀ ਕਾਂਗਰਸ ਦੇ ਨੇਤਾ ਜੋ ਇਹ ਪਿੰਡ ਦੇ ਨੇ ਉਹ ਪਿੰਡਾਂ ਵਾਸਤੇ ਆਪਣੇ ਚਾਰ ਖੰਡੇ ਸਰਦਾਰ ਭਗਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਭੈਣ ਭਰਾ ਰਿਸ਼ਤੇਦਾਰ ਇਲਾਕੇ ਦੇ ਸਭ ਜੋ ਸਰਦਾਰ ਅਰਜਨ ਸਿੰਘ ਜੀ ਸਾਨੂੰ ਸਦਾ ਦੀ ਮਿਸਵਾਦ ਮਿਲੇ ਉਹਨਾਂ ਦੇ ਅੰਤਮ ਅਰਦਾਸ ਨੂੰ ਸਾਹਮਣਾ ਕਰੋ ਅਜੇ ਆਪਾਂ ਸਾਡੇ ਬਹੁਤ ਹੀ ਪਿਆਰੇ ਵੀਰ ਭਗਤ ਸਿੰਘ ਜੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਸਰਦਾਰ ਸਿੰਘ ਦੀ ਇੰਨੀ ਜ਼ਰੂਰੀ ਜਿਹੜੇ ਬੁਲਾਰਿਆਂ ਨੂੰ ਸਮੇਂ ਦੀ ਘਾਟ ਕਰਕੇ ਮੈਂ ਸਮਾਂ ਨਹੀਂ ਦੇ ਸਕਦਾ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਸਰਦਾਰ ਰਣਜੀਤ ਸਿੰਘ ਜੀ ਨਿਜ਼ਾਮਪੁਰ ਸਰਦਾਰ ਸਵਰਨ ਸਿੰਘ ਜੀ ਜਿਹੜੇ ਬੜੇ ਪੁਰਾਣੇ ਕਾਮ ਨਾਮਕ ਵਾਲੇ ਸਰਦਾਰ ਪੰਜਾਬ ਸਿੰਘ ਜੀ ਜਿਹਨਾਂ ਕਦੇ ਲਖਨਗੜੀ ਗੁਰਸਾ ਤੋਂ ਸਰਦਾਰ ਸੁਰਜੀਤ ਸਿੰਘ ਜੀ ਚੇਲਾ ਸਰਦਾਰ ਭਗਤ ਸਿੰਘ ਜੀ ਬਣੇ ਹੁਣ ਮੈਂ ਇੱਕ ਬੇਨਤੀ ਕਰਨ ਲੱਗਾ ਸਾਡੇ ਗੁਰੂ ਸਾਹਿਬ ਤੋਂ ਮਾਨਯੋਗ ਬਾਬਾ ਡੇਰਾ ਸਿੰਘ ਜੀ ਜੋ ਉਹ ਦਾਸ ਕਾਰਨਾਂ ਕਰਕੇ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਦਾ ਗੌਰ ਸਾਹਿਬ ਨਾਲ ਬਹੁਤ ਪ੍ਰੇਮ ਸੀ ਅਤੇ ਬਹੁਤ ਹੀ ਗਾਹੇ ਗਾਹੇ ਅਤੇ ਇੱਕ ਦੂਜੇ ਕੋਲ ਸਲਾਹ ਲੈਂਦੇ ਰਹਿੰਦੇ ਸੀ ਉਹਨਾਂ ਵੱਲੋਂ ਬਾਬਾ ਰਣਜੀਤ ਸਿੰਘ ਜੀ ਆਏ ਨੇ ਉਹਨਾਂ ਨੂੰ ਪਰਿਵਾਰ ਵੱਲੋਂ ਸਨਮਾਨਿਤ ਦੇ ਮੌਕੇ 'ਤੇ ਥੋੜ੍ਹਾ ਕਰਨਾ ਅਤੇ ਉਹ ਬਾਬਾ ਰਣਜੀਤ ਸਿੰਘ ਜੀ ਆਉਣ ਦੇ ਰਸਤੇ ਦਿੱਤੇ ਆਓ ਬਾਣੀ ਸੇਵ ਕਰਦੀ ਹੈ ਮਰਨਾ ਸਪਨ ਆਇਆ ਵਿਛੋੜਾ ਸਪਨ ਇਹ ਦੋਨੋਂ ਗੱਲਾਂ ਜਦ ਦੇ ਉੱਤੇ ਹੁੰਦੀਆਂ ਆਈਆਂ ਨੇ ਇਹ ਹੁੰਦੀਆਂ ਇਹ ਕੁਦਰਤ ਨੇ ਆਪਣਾ ਇੱਕ ਅਸੂਲ ਬਣਾਇਆ ਹੋਇਆ ਜੰਮਣ ਅਤੇ ਮਰਨ ਦਾ ਜਿਸ ਨੂੰ ਅੱਜ ਤੱਕ ਸੰਤ ਮਹਾਤਮਾ ਰਿਸ਼ੀਆਂ ਮੁਨੀਆਂ ਨੇ ਵੀ ਕਦੀ ਵੀ ਕਾਰ ਕੀਤਾ ਹੈ ਕਿ ਤਰਾਕਦੇ ਹਾਂ ਅਤੇ ਕੁਝ ਐਸੇ ਆਦਮੀ ਵੀ ਹਨ ਜਿਹੜੇ ਕਿ ਜਿੰਨੀਆਂ ਨੂੰ ਮਰੇ ਮਰੇ ਸਕਦੇ ਜੋ ਮਰਨ ਤੋਂ ਬਾਅਦ ਜਿਹਨਾਂ ਨੂੰ ਅਸੀਂ ਜਿੰਦਾ ਰੱਖਦੇ ਉਹਨਾਂ ਵਿੱਚੋਂ ਆਪਣੇ ਮਾਸਟਰ ਭਗਤ ਸਿੰਘ ਸੀ ਅਸੀਂ ਕਾਰ ਸੇਵਾ
ਖੰਡੂਰ ਸਾਹਿਬ ਵਾਲੇ ਇਸ ਚੀਜ਼ ਤੋਂ ਅਣਜਾਣ ਨਹੀਂ ਕਿ ਜਿੱਥੇ ਅਸੀਂ ਉਹਨੂੰ ਯਾਦ ਕੀਤਾ ਵੀ ਉਹ ਆਪਣੇ ਹਾਜ਼ਰ ਨਹੀਂ, ਜਿੱਥੇ ਗਵਾਲੀਆ ਜਦੋਂ ਰਾਹਤ ਆਈ ਤਾਂ ਵੀ ਉਹ ਪਹੁੰਚੇ, ਜਾਂ ਕਿਤੇ ਵਿਵਸਥੇ ਵੀ ਉਹਨਾਂ ਨੂੰ ਸੱਦਾ ਦਿੱਤਾ ਤਾਂ ਸਾਡੇ ਹਰੇਕ ਕੰਮ ਦੇ ਉੱਪਰ ਸਹਿਯੋਗ ਦਿੱਤਾ। ਘਾਟਾ ਤਾਂ ਸਾਨੂੰ ਪਿਆ, ਪਰਿਵਾਰ ਨੂੰ ਤਾਂ ਹੈ ਹੀ, ਲੇਕਿਨ ਜੋ ਉਹਨਾਂ ਦਾ ਸਾਡੇ ਨਾਲ ਸਹਿਯੋਗ ਸੀ ਉਸ ਘਾਟੇ ਨੂੰ ਪੂਰਾ ਕਰਨ ਵਾਸਤੇ ਕੋਈ ਦੂਸਰਾ ਆਦਮੀ ਹੋ ਵੀ ਸਕਦਾ ਹੈ ਤਾਂ ਉਹਦਾ ਘਾਟੇ ਨੂੰ ਪੂਰਾ ਕਰ ਵੀ ਸਕਦਾ, ਐਸੀ ਗੱਲ ਕੋਈ ਨਹੀਂ ਕਿ ਪਰਿਵਾਰ ਦੇ ਨਾਲ ਸਾਡਾ ਉਹਨਾਂ ਦੇ ਨਾਲ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮਾਸਟਰ ਭਜਨ ਸਿੰਘ ਦੇ ਨਾਲ ਸੀ। ਤਾਂ ਮੈਂ ਸਾਰੀ ਅੱਜ ਸੰਗਤ ਦੇ ਸਾਹਮਣੇ ਇਸ ਚੀਜ਼ ਦੀ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਨਿਰਮਿਤ ਵਿੱਚ ਜਿੱਥੇ ਵੀ ਬੂਟੇ ਲਾਉਣ ਦੀ ਇੱਛਾ ਹੈ, ਸ਼ਰਧਾ ਹੈ, ਅਤੇ ਜਿੰਨੇ ਵੀ ਬੂਟੇ ਆਪਣੇ ਦੂਰ ਨੇੜੇ ਪਿੰਡਾਂ ਦੇ ਸਾਹਮਣੇ ਤਿਆਰ ਲਾ ਸਕਦੇ ਜੇ, ਕਾਲ ਸੇਵਾ ਖੰਡੂਰ ਸਾਹਿਬ ਬੂਟੇ ਦੇਵੇਗੀ, ਆਪ ਉਸ ਨੂੰ ਖਾਲਣ ਵਿੱਚ ਮਾਸਟਰ ਭਜਨ ਸਿੰਘ ਦੀ ਯਾਦ ਵਿੱਚ ਬੂਟਾ ਲਾਉਣ ਦੀ ਚੱਲ ਕਰਾਂਗਾ। ਮੈਂ ਦੁਬਾਰਾ ਮਹਾਰਾਜ ਜੀ ਬੇਨਤੀ ਕਰਾਂਗਾ ਕਿ ਵਿਚੂੜੀ ਨੂੰ ਮਾਸਟਰ ਭਜਨ ਸਿੰਘ ਆਪਣੇ ਚਰਨਾਂ 'ਚ ਨਿਵਾਸ ਰੱਖੇ, ਪਿੱਛੇ ਪਰਿਵਾਰ ਨੂੰ, ਸੰਬੰਧੀਆਂ ਨੂੰ, ਹੋਰ ਨਜ਼ਦੀਕੀ ਸਨੀਆਂ ਨੂੰ ਮਾਣਾ ਮੁੰਨਾ ਦਾ ਫਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਦੋਂ ਵਰਕਰ ਦੇ ਇਲਾਕੇ ਦੇ ਕੰਮਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਭਾਗ ਲੈਂਦੇ ਹਨ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਕੋਲ ਸਰਦਾਰ ਪ੍ਰਵੇਸ਼ ਸਿੰਘ ਜੀ ਬੱਲੀ ਪਹੁੰਚਦਾ। ਜਦੋਂ ਮੈਂ ਖਾਲਸਾ ਕਾਲਜ ਦੇ ਵਿੱਚ ਦਾਖਲ ਹੋਇਆ ਸੀ, ਮੈਂ ਦੇਸ਼ ਭਗਤ ਪਰਿਵਾਰ 'ਚੋਂ ਆ, ਕਰਮ ਸ਼ੇਰ ਸਿੰਘ ਏਕਾ ਮੇਰੇ ਪਿਤਾ ਜੀ ਸੀ। ਉਸ ਵੇਲੇ ਤੋਂ ਇਹ ਸੁਣਦੇ ਸਾਂ ਰਵੀਰ ਢਿੱਲੋਂ ਜੀ ਬੈਠੇ ਨੇ ਜੌਨ ਸਾਹਿਬ ਕਿ ਟੀਚਰ ਯੂਨੀਅਨ ਇੱਕ ਇਹੋ ਜਿਹਾ ਇੱਕ ਅਦਾਰਾ ਹੈ ਜਿਹੜੇ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹੈ ਅਤੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਜਦੋਂ ਲੋੜ ਪੈਂਦੀ ਆ ਉਹਨਾਂ ਦੀ ਵੀ ਮਦਦ ਹੁੰਦੀ ਹੈ। ਦਲਵੀਰ ਸਿੰਘ ਜੀ ਪ੍ਰਿੰਸੀਪਲ, ਸਰਦਾਰ ਜਵਾਨ ਸਿੰਘ ਜੀ ਜਿਹੜੇ ਸਾਡੇ ਪ੍ਰਾਇਮਰੀ ਲੀਡਰ ਨੇ, ਸਰਦਾਰ ਮੰਗਲ ਸਿੰਘ ਜੀ ਦੇ ਪ੍ਰਾਇਮਰੀ ਲੀਡਰ ਨੇ, ਸਰ ਹਰਦਾਰ ਸਿੰਘ ਜੀ ਪਿੰਡੀਆਂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਾਇਮਰੀ ਦੇ, ਸਰਦਾਰ ਚਰਨ ਸਿੰਘ ਜੀ ਸੰਧੂ ਜਿਹੜੇ ਪੰਜਾਬ ਕਾਂਗਰਸ ਦੇ ਸਰ ਦੇ ਜਨ ਸਕੱਤਰ ਨੇ, ਸਰਦਾਰ ਅਰਦਮ ਸਿੰਘ ਜੀ ਫਾਕਾ ਡੀ ਐਸ ਪੀ ਬਹੁਤ ਨਜ਼ਦੀਕੀ ਨੇ ਜੋਹਰ ਸਾਹਿਬ ਬਣਾ ਦੇ, ਇਹਨਾਂ ਕੋਲ ਮਾਫ਼ੀ ਚਾਹੁੰਦੇ ਹਾਂ। ਸਰਦਾਰ ਬਲਦੀਪ ਤੋਂ ਬਰਪਾ ਦਿੰਦਾ, ਸਰਦਾਰ ਅਰਦਮ ਸਿੰਘ ਜੀ ਬਹੁਤ ਨਜ਼ਦੀਕੀ ਸੀ ਉਹਨਾਂ ਦੇ, ਉਹਨਾਂ ਨੇ ਕਿਹਾ 2 ਮਿੰਟ ਜ਼ਰੂਰ ਬੋਲਣਾ, ਚਲੋ 2 ਮਿੰਟ ਦਾ ਸਮਾਂ ਉਹਨਾਂ ਨੂੰ ਜ਼ਰੂਰ ਦੇਵਾਂਗੇ, ਉਹਨਾਂ ਦੇ ਮਨ ਦੇ ਜੇ ਵਲਵਲੇ ਆ ਉਹ ਜ਼ਰੂਰ ਪ੍ਰਗਟ ਕਰਨਗੇ। ਸਰਦਾਰ ਬਲਦੀਪ ਸਿੰਘ ਜੀ ਜੀਰਾ ਸਾਥੀਆਂ ਸਮੇਤ ਆਏ ਆ, ਉਹਨਾਂ ਕੋਲੋਂ ਸਮਾਂ ਨਹੀਂ ਦੇ ਸਕਦੇ, ਉਹਨਾਂ ਕੋਲੋਂ ਮਾਫ਼ੀ ਚਾਹੁੰਦੇ ਹਾਂ। ਸਰਦਾਰ ਕਮਨ ਸਿੰਘ ਜੀ ਮਾਲਮਪੁਰੀ, ਉਹ ਵੀ ਆਪਣੇ ਸਾਥੀਆਂ ਨਾਲ ਆਏ ਨੇ, ਸਰਦਾਰ ਸੁਖਬੀਰ ਸਿੰਘ ਜੀ ਭਾਟ ਸਾਹਿਬ, ਸਰਦਾਰ ਕੁਲਦੀਪ ਸਿੰਘ ਜੀ ਖਾਲਸਾ, ਸਰਦਾਰ ਬਲਾਰਾ ਸਿੰਘ ਜੀ ਗਰਵਾਲ, ਬੀ ਓ ਸਾਹਿਬ ਅਜੀਤ ਸਿੰਘ ਜੀ ਜਿਹੜੇ ਆਪਣੇ ਪ੍ਰਾਇਮ ਦੇ ਜਿਹੜੇ ਪੈਨਸ਼ਨਾਂ ਦੇ ਲੀਡਰ ਨੇ, ਸਰਦਾਰ ਨਰਵੈਰ ਸਿੰਘ ਜੀ ਪੰਨੂ ਜਿਹੜੇ ਸਟੇਟ ਦੇ ਲੀਡਰ ਨੇ ਪੈਨਸ਼ਨ ਦੇ, ਸਰਦਾਰ ਪਰਮਜੀਤ ਸਿੰਘ ਜੀ ਬੀ ਓ ਸਾਹਿਬ, ਸਰਦਾਰ ਸੀਧਰ ਸਿੰਘ ਜੀ ਸਾਬਕਾ ਬੀ ਓ ਪਿੰਡ, ਸਰਦਾਰ ਜਗਵੰਤ ਸਿੰਘ ਜੀ ਮੰਗਲਾਣੀ, ਸਰਦਾਰ ਜਗਵੰਤ ਸਿੰਘ ਜੀ ਬਹੁਤ ਨਜ਼ਦੀਕੀ ਸਾਥੀ ਸੀਗੇ, ਜੋਹਰ ਸਾਹਿਬ ਉਹਨਾਂ ਦੇ ਬੜੇ ਸਾਂਝੇ ਕੰਮ ਨਾਲ ਇਕੱਠੇ ਕੀਤੇ ਨੇ। ਸਰਦਾਰ ਸਿੰਦਰ ਸਿੰਘ ਜੀ ਸਾਡੇ ਕੋਲ ਆਏ ਨੇ ਰਿਟਾਇਰਡ ਸੀ ਓ, ਜੋਹਰ ਸਾਹਿਬ ਉਹਨਾਂ ਦੇ ਬਹੁਤ ਮਿੱਤਰ ਨੇ, ਉਹਨਾਂ ਨੂੰ ਸਮਾਂ ਨਹੀਂ ਦਿੱਤਾ ਸਕਦੇ, ਉਹਨਾਂ ਕੋਲੋਂ ਮਾਫ਼ੀ ਚਾਹੁੰਦੇ ਹਾਂ। ਹੁਣ ਮੈਂ ਬੇਨਤੀ ਕਰਦਾ ਸਾਡੇ ਕੋਲ ਕਾਂਗਰਸ ਦੇ ਨੇਤਾ ਕੇ ਕੇ ਸ਼ਰਮਾ ਜੀ ਆਏ ਹੋਏ ਨੇ, ਉਹ 2 ਮਿੰਟ ਵਾਸਤੇ ਜੋਹਰ ਸੋਹਣਾ ਸਾਹਿਬ ਬਾਰੇ ਕੁਝ ਦੱਸਣਗੇ। ਕੇ ਸ਼ਰਮਾ ਜੀ, ਇਕੱਲੇ ਆਏ ਨਾਨਕਾ ਦੇ ਸੱਦੇ ਉੱਠ ਅਨੁਸਾਰ, ਸਰਦਾਰ ਭਜਨ ਸਿੰਘ ਜੀ ਜੌਲ ਇਸ ਫਾਨੀ ਸੰਸਾਰ ਨੂੰ ਵੱਲ ਜਿਹੜਾ ਕਰਕੇ ਇਸ ਜਹਾਨ ਤੋਂ ਕੂਚ ਕਰ ਗਏ। ਜਿਹੜੀ ਪੈੜਾਂ ਪਾਉਣ ਵਾਲੀ ਗੱਲ ਹੁੰਦੀ, ਪੈੜ ਪਾਉਣੀ, ਪੈੜ ਪਾ ਲਈਏ ਜਦੋਂ ਉਹ ਰਸਤਾ ਫਿਰ ਬਣ ਜਾਂਦਾ, ਉਹ ਸਾਡਾ ਵੀਰ ਪੈੜਾਂ ਪਾਉਣ ਵਾਲੇ ਤੁਰਦਾ, ਨਵੀਆਂ ਰੀਆਂ ਪਾਉਣ ਵਾਲੇ ਤੁਰਦਾ, ਇਹੋ ਜਿਹੇ ਦੋਹਾਂ ਦੀਆਂ ਜਿਹੜੇ ਮਗਰ ਚੱਲਣਾ ਔਖਾ ਹੁੰਦਾ, ਫਿਰ ਵੀ ਸਾਥੀਆਂ ਨੇ ਪੂਰੇ ਤਕੜੇ ਹੋ ਗਏ, ਹਰ ਵੇਲੇ ਸਾਥ ਦਿੱਤਾ, ਆਪ ਜੀ ਉਹ ਵੱਡੀ ਪੱਧਰ ਦੇ ਉੱਤੇ ਜਨਤਾ ਦੀ ਸੇਵਾ ਕਰਦਾ ਰਿਹਾ, ਸਮਾਜ ਦੀ ਕਰਦਾ ਰਿਹਾ, ਅਧਿਆਪਕਾਂ ਦੀ ਸੇਵਾ ਕਰਦਾ ਰਿਹਾ। ਹੁਣ ਸਾਡੇ ਕੋਲ ਬਹੁਤ ਹੀ ਤਕੜੇ ਲੀਡਰ ਜਿਹੜੇ ਆਪਣੀ ਤਰ੍ਹਾਂ ਨੇ ਰਿਟਾਇਰ ਹੋਏ ਨੇ, ਸਰਦਾਰ ਦਰਬਾਰਾ ਸਿੰਘ ਜੀ ਚਾਲ, ਦਰਬਾਰਾ ਸਿੰਘ ਜੀ ਚਾਲ ਜਿਹੜੇ ਐਡਵੋਕੇਟ ਵੀ ਕੰਮ ਕਰਦੇ ਨੇ ਹਲੇ, ਅਤੇ ਇਹ ਚੰਡੀਗੜ੍ਹ ਤੋਂ ਸਪੈਸ਼ਲ ਤੌਰ 'ਤੇ ਆਏ ਹੋਏ ਆ, ਜੋਹਰ ਸਾਹਿਬ ਉਹਨਾਂ ਦੇ ਬਹੁਤ ਨਜ਼ਦੀਕੀ ਮਿੱਤਰ ਸੀ, ਹੁਣ ਉਹ 2 ਮਿੰਟਾਂ ਵਾਸਤੇ ਆਪਣੇ ਵਿਚਾਰ ਰੱਖਣਗੇ ਸਰਦਾਰ ਦਰਬਾਰਾ ਸਿੰਘ ਜੀ ਚਾਲ। ਵਾਹਿਗੁਰੂ ਜੀ ਕੀ ਫਤਿਹ।
ਇੱਕ ਸ਼ਾਇਰ ਨੇ ਲਿਖਿਆ, ਜ਼ਮੀਨ ਕਾਗਜ਼ ਕੀ ਬਣ ਜਾਏ, ਸਮੁੰਦਰ ਆਸ਼ਨਾਈ ਕਾ, ਕਿੱਸਾ ਤਾਂ ਵੀ ਨਾ ਵਿਆਹ ਹੋਗਾ, ਤੇਰੀ ਜੁਦਾਈ ਦਾ। ਜਦੋਂ ਬੰਦਾ ਜਵਾਨ ਹੁੰਦਾ ਉਹਦੇ ਮਨ ਦੇ ਵਿੱਚ ਤਾਂ ਹੁੰਦੀ ਆ ਵੀ ਮੈਂ ਸਮਾਜ ਨੂੰ ਬਦਲ ਦੇਣਾ, ਇੱਥੇ ਕੋਈ ਨਵੀਂ ਗੱਲ ਕਰਨੀ। 40 ਸਾਲ ਬਾਅਦ ਮੁੜ ਕੇ ਉਹ ਸੋਚਦਾ ਵੀ ਸਮਾਜ ਤਾਂ ਬਦਲਿਆ ਨਹੀਂ, ਮੈਂ ਥੋੜ੍ਹਾ ਜਿਹਾ ਆਪਣੇ ਪਰਿਵਾਰ ਨੂੰ ਬਦਲਾਂ। ਫਿਰ ਜਦੋਂ ਉਹ 55-60 ਸਾਲ ਦਾ ਜਾਂਦਾ, ਫਿਰ ਸਮਝਦਾ ਮੈਂ ਆਪਣਾ ਵੀ ਬਦਲਣਾ ਤਾਂ ਠੀਕ ਆ। ਪਰ ਸਾਡਾ ਸਾਥੀ ਇਹ ਹਰਭਜਨ ਸਿੰਘ ਜੌਹਲ ਅਖੀਰ ਤੱਕ ਸਮਾਜ ਬਦਲਣ ਦੀ, ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਮਨ ਦੇ ਵਿੱਚ ਰੱਖ ਕੇ ਬੈਠਾ ਰਿਹਾ ਅਤੇ ਕਰਦਾ ਰਿਹਾ। ਹੁਣ ਮੈਂ ਇਹਨੂੰ ਕੁਝ ਬੁਲਾ ਰਿਹਾ ਆਪਣੋਂ, ਹੁਣ ਮੈਂ 2 ਮਿੰਟ ਵਾਸਤੇ ਸਰਦਾਰ ਹਰਭਜਨ ਸਿੰਘ ਜੀ, ਹਰਪ੍ਰੀਤ ਸਿੰਘ ਜੀ ਦੂਸਰੇ ਦੇ ਲੀਡਰ ਨੇ ਹਰਪ੍ਰੀਤ ਸਿੰਘ, ਉਹ 2 ਮਿੰਟ ਵਾਸਤੇ ਕੁਝ ਵੀ ਦੇਣਗੇ ਆਪਣੇ ਜੌਹਲ ਸਾਹਿਬ ਬਾਰੇ। ਮੈਂ ਮਾਫ਼ੀ ਚਾਹੁੰਦਾ ਸਰਦਾਰ ਅਰਜਨਵੀਰ ਸਿੰਘ ਜੀ ਸਰਪੰਚ ਸਰਹੱਦ ਮੰਡੀ, ਰਾਜਵਿੰਦਰ ਸਿੰਘ ਜੀ ਰਾਜਨ ਮੀਆਂਵਿੰਡ, ਸਾਹਿਬ ਬਦਲ ਮੀਆਂਵਿੰਡ, ਜੇ ਪੀ ਜਵੰਦਪੁਰ ਚੌਥੇ ਸਦਨ ਇੱਥੇ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹਨਾਂ ਦਾ ਪੂਰਾ ਸਿਮਤ ਹੋਇਆ, ਪਰਿਵਾਰ ਦੇ ਪੂਰੇ ਮੈਂਬਰ ਸਾਹਿਬਾਨ ਉਹ ਵੀ ਆਏ ਨੇ। ਹੁਣ ਮੈਂ ਇਹ ਆਪਣੇ ਪ੍ਰਧਾਨ ਜੀ ਗੁਰਦਿਨ ਦੇ 2 ਮਿੰਟ ਵਾਸਤੇ ਉਹਨਾਂ ਬਾਹਰ ਰੱਖਣਾ। ਸਰਦਾਰ ਹਰਭਜਨ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਤਨ ਲਾਗੇ ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ। ਅੱਜ ਉਹਨਾਂ ਸੱਜਣਾਂ ਨੂੰ ਪੁੱਛੋ, ਸਾਡੇ ਵੀਰ ਜਨਮਲ ਨੂੰ ਪੁੱਛੋ, ਜਿਨ੍ਹਾਂ ਨੂੰ ਐਡਾ ਵੱਡਾ ਘਾਟਾ ਪਿਆ, ਔਰ ਕਹਿਣ ਨੂੰ ਕੀ ਹੈ ਉਹਨਾਂ ਦੇ ਬਾਰੇ। ਮੈਂ ਕੀ ਕਹਿ ਸਕਦਾ, ਬੁਲਾ ਰਿਹਾ ਨੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਦੇ ਜੀਵਨ ਵੱਲੋਂ ਕੀਤੇ ਕੰਮਾਂ ਕਾਰਾਂ ਨੂੰ ਸਾਰਾ ਹੀ ਬਿਆਨ ਕਰ। ਮੇਰੇ ਤੋਂ ਪਹਿਲਾਂ ਜਾਲ ਸਾਹਿਬ ਨੇ ਉਹਨਾਂ ਦੇ ਜੀਵਨ ਨੂੰ ਥੋੜ੍ਹੇ ਸਮੇਂ 'ਚ ਹੀ ਉਹਨਾਂ ਦੇ ਜੀਵਨ ਬਾਰੇ ਸਾਰਾ ਕੁਝ ਦੱਸ ਦਿੱਤਾ। ਮਿਲਣਸਾਰ ਇਨਸਾਨ ਸਨ, ਲੋਕਾਂ ਦੇ ਕੰਮ ਕਰਾ ਕੇ ਖੁਸ਼ ਸਨ, ਸਮਾਜ ਦੇ ਕੰਮਾਂ 'ਚ ਹਿੱਸਾ ਪਾਉਂਦੇ ਸਨ। ਸੋ ਇਹੋ ਜਿਹੇ ਇਨਸਾਨ ਦਾ ਸਮੁੱਚੇ ਸਮਾਜ ਨੂੰ, ਪਰਿਵਾਰ ਨੂੰ ਘਾਟਾ ਤਾਂ ਬਹੁਤ ਪੈਂਦਾ, ਪਰ ਜੋ ਘਾਟਾ ਪਰਿਵਾਰ ਨੂੰ ਪੈਂਦਾ ਹੈ, ਸੱਜਣਾਂ ਨੂੰ ਪੈਂਦਾ ਹੈ, ਉਹ ਜੋ ਮੇਰਾ ਵੀਰ ਜਨਮਲ ਨੂੰ ਪਤਾ ਹੈ ਨਾ, ਹੁਣ ਸਾਰੀ ਜ਼ਿੰਮੇਵਾਰੀ ਸਾਡੇ ਵੀਰ ਜਨਮਲ 'ਤੇ ਹੈ, ਪਰਿਵਾਰ 'ਤੇ। ਔਰ ਮੈਂ ਇੰਨੇ ਸ਼ਬਦਾਂ ਨਾਲ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਪਰਮਾਤਮਾ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਰਦਾਰ ਹਰਪ੍ਰੀਤ ਸਿੰਘ ਜੀ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪ੍ਰਿਥੀਪਾਲ ਸਿੰਘ ਜੀ ਮਾੜੀ ਮਿਰਗਾ, ਜੋ ਮਾਸਟਰ ਹਰਭਜਨ ਸਿੰਘ ਜੌਹਲ ਦੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਸਾਥੀਓ, ਦੋਸਤੋ, ਮਿੱਤਰੋ, ਮਾਸਟਰ ਜੀ ਇੱਕ ਬਹੁਤ ਹੀ ਚੰਗੀ ਵਿਚਾਰਧਾਰਾ ਲੈ ਕੇ ਲੜ ਰਹੇ ਸੀ, ਲੋਕਾਂ ਨੂੰ ਜਾਗਰਤ ਕਰ ਰਹੇ ਸੀ। ਸਾਡੇ ਸਟੇਟ ਦੇ ਪ੍ਰਧਾਨ, ਸਟੇਟ ਦੇ ਪ੍ਰਧਾਨ ਸਰਦਾਰ ਸ਼ੀਤਲ ਸਿੰਘ ਜੀ ਜਾਲ, ਜੋ ਅਮਰੀਕਾ ਵਿੱਚ ਨੇ, ਉਹਨਾਂ ਨੇ ਆਪਣਾ ਸਟੇਟ ਭੇਜਿਆ, ਬਹੁਤ ਉਹਨਾਂ ਨੇ ਦੁੱਖ ਜਾਹਰ ਕੀਤਾ। ਸਾਡੇ ਕੋਲ ਸਰਦਾਰ ਅਵਤਾਰ ਸਿੰਘ ਜੀ ਗਿੱਲ ਲੁਧਿਆਣਾ ਤੋਂ ਆਏ ਨੇ, ਉਹਨਾਂ ਨੂੰ ਟਾਈਮ ਨਹੀਂ ਦੇ ਸਕੇ, ਉਹ ਥੋੜ੍ਹਾ ਲੇਟ ਆਏ ਨੇ। ਹੋਰ ਬਹੁਤ ਸਾਰੇ ਸਾਥੀ, ਸਰਦਾਰ ਕੁਲਵੀਰ ਸਿੰਘ ਜੀ ਫਾਜ਼ਿਲਪੁਰ ਕਾਂਗਰਸੀ ਨੇਤਾ, ਸਰਦਾਰ ਸਤਨਾਮ ਸਿੰਘ ਜੀ ਬੋਦਲਕੜੀ, ਗੋਲਡੀ ਰਾਮਪੁਰ, ਜਸਵੀਰ ਸਿੰਘ ਸੰਧੂ, ਸਰਦਾਰ ਮਨਜੀਤ ਸਿੰਘ ਜੀ ਵਿਰਕ, ਅਤੇ ਹੋਰ ਬਹੁਤ ਸਾਰੇ ਸਾਥੀ, ਜੇ ਮੈਂ ਨਾਵਾਂ ਲੈ ਸਕਾਂ ਤਾਂ ਕਿਵੇਂ ਦਾ ਜਾ ਕੇ। ਹੁਣ ਸਾਡੇ ਸਟੇਟ ਦੇ ਲੀਡਰ ਰਮਵੀਰ ਸਿੰਘ ਜੀ ਢਿੱਲੋ, ਜਿਹੜੇ ਜੋਰ ਸਾਹਮਣ ਦੇ ਬੜੇ ਨਜ਼ਦੀਕੀ ਰਹੇ ਨੇ, ਉਹ ਕੁਝ ਮਿੰਟਾਂ ਵਾਸਤੇ ਆਪਣੇ ਵੀ ਦੇਣਗੇ ਸਰਦਾਰ ਰਮਵੀਰ ਸਿੰਘ ਜੀ ਢਿੱਲੋ। ਉਹਨਾਂ ਬਾਅਦ ਸਰਦਾਰ ਰਤਨ ਸਿੰਘ ਜੀ, ਅਤੇ ਫਿਰ MLA ਸਾਹਿਬ, ਅਤੇ ਉਹਦੇ ਬਾਅਦ ਸਮਾਪਤੀ ਦੀ ਉਹ ਸਮਾਪਤੀ ਹੋਵੇਗੀ। ਬਸ 2-3 ਬੁਲਾਵੇ ਰਹਿ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਭਜਨ ਸਿੰਘ ਜੌਹਲ ਇੱਕ ਬਹੁਤ ਪੱਖੀ ਸ਼ਖਸੀਅਤ ਸੀ। ਜੇ ਉਹਦਾ ਇੱਕ ਪਾਸਾ ਵੇਖੋ ਤੇ ਉਹ ਟੀਚਰਿਆ, ਦੂਸਰਾ ਪਾਸਾ ਵੇਖੋ ਉਹ ਸਮਾਜ ਸੇਵੀ ਆ, ਜੇ ਤੀਸਰਾ ਪਾਸਾ ਵੇਖੋ ਤਾਂ ਬਹੁਤ ਵਧੀਆ ਕਿਸਾਨ ਆ। ਬਹੁਤ ਮੁਸ਼ਕਲ ਆ ਉਹਦੀ ਸਾਰੀ ਜਿਹੜੀ ਪਰਸਨੈਲਿਟੀ ਆ, ਉਹਨੂੰ ਇੱਕ ਅਤੇ 2-4 ਲਫ਼ਜ਼ਾਂ ਦੇ ਵਿੱਚ
ਜਾਏ ਸੁੱਤੇ ਜੀ ਰਹੇ। ਸਤਾਰਜੋ ਸਾਧ ਸੰਗਤ ਜੀ, ਆਪਾਂ ਸਾਰੇ ਸਮਾਜ ਦੇ ਵਿੱਚ ਵਿਚਰਨੇ ਹਾਂ, ਇਹੋ ਜਿਹੇ ਇਨਸਾਨ ਜਿਹੜੇ ਨੇ, ਜਿਹੜੇ ਹਰ ਇੱਕ ਦੇ ਦੁੱਖ ਸੁੱਖ ਭਾਈਵਾਲ ਬਣਨ, ਇਹ ਵਿਰਲੇ ਰਹਿ ਜੀ। ਹਜ਼ੂਰੀ ਜੁੜ ਬੈਠੀ ਸਾਧ ਸਿੰਘ ਜੀਓ, ਔਰ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਬਹੁਤ ਸਤਿਕਾਰਯੋਗ ਮਾਸਟਰ ਹਰਭਜਨ ਸਿੰਘ ਜੀ ਜੌਹਲ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਨ। ਹਰਭਜਨ ਸਿੰਘ ਜੌਹਲ ਜੀ ਬਾਰੇ ਬੁਲਾਰਿਆਂ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਦੀ ਜੀਵਨੀ 'ਤੇ ਚਾਨਣਾ ਪਾਇਆ। ਜੌਹਲ ਸਾਹਿਬ ਸੱਚੇ ਸੁੱਚੇ ਇਨਸਾਨ ਸਨ, ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਵਾਲੇ ਅਤੇ ਹਰ ਇੱਕ ਦੇ ਕੰਮ ਆਉਣ ਵਾਲੇ ਇਨਸਾਨ ਸਨ। ਉਹਨਾਂ ਨੇ ਟੀਚਰ ਯੂਨੀਅਨ ਦੀ ਪ੍ਰਧਾਨਗੀ ਕੀਤੀ ਅਤੇ ਅਣਥੱਕ ਸੇਵਾ ਕੀਤੀ, ਔਰ ਇਲਾਕੇ ਵਿੱਚ ਵੀ ਮੈਂ ਆਪਣੇ ਵੱਲੋਂ ਕਾਂਗਰਸ ਪ੍ਰਧਾਨ ਸੁਨੀਲ ਜੱਟ ਜੀ ਵੱਲੋਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਜੌਹਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।